ਸਤਿ ਸ਼੍ਰੀ ਅਕਾਲ ਜੀ, ਗੁੱਡ ਈਵਨਿੰਗ। ਅੱਜ 16 ਜੂਨ 2021 ਬੁੱਧਵਾਰ ਵਾਲੇ ਦਿਨ ਆਪਾਂ ਹਰ ਮਹੀਨੇ ਹਰ ਹਫ਼ਤੇ ਜਿਵੇਂ ਆਪਾਂ ਲਗਾਤਾਰ ਕਈ ਮਹੀਨਿਆਂ ਤੋਂ ਕਰੋਨਾ ਬਾਰੇ ਚਰਚਾ ਕਰਦੇ ਰਹੇ ਹਾਂ, ਉਸ 'ਤੇ ਮੈਂ ਲਾਈਵ ਹੋ ਰਿਹਾ ਤੁਹਾਡੇ ਰੂਬਰੂ। ਕਰੋਨਾ ਦੇ ਕੇਸ ਆਪਣੇ ਜ਼ਿਲ੍ਹੇ 'ਚ ਤੁਹਾਡੇ ਸਹਿਯੋਗ ਦੇ ਨਾਲ ਔਰ ਹੈਲਥ ਵਰਕਰਸ ਦੀ ਮਿਹਨਤ ਦੇ ਨਾਲ ਕਾਫ਼ੀ ਘੱਟ ਆ ਗਏ ਨੇ। ਪਿਛਲੇ 2-3 ਦਿਨਾਂ ਤੋਂ ਲਗਾਤਾਰ 100 ਤੋਂ ਘੱਟ ਨੇ, ਅੱਜ ਤਾਂ ਮੈਨੂੰ ਲੱਗਦਾ 50 ਤੋਂ ਵੀ ਘੱਟ ਗਏ ਹੋਣ ਜਿਹੇ ਕੇਸ ਰਹਿ ਗਏ। ਇਹਦੇ ਲਈ ਤੁਹਾਨੂੰ ਵਧਾਈ। ਇੱਕ ਦੂਜੀ ਲੁਧਿਆਣੇ ਜ਼ਿਲ੍ਹੇ ਦੀ ਪ੍ਰਾਪਤੀ ਇਹ ਰਹੀ ਹੈ ਕਿ ਹੁਣ ਤੱਕ ਆਪਾਂ 9,66,729 ਟੀਕੇ ਲਾ ਚੁੱਕੇ ਹਾਂ। ਅੱਜ ਦੀ ਘੜੀ ਸਾਡੇ ਕੋਲ 16 ਜੂਨ ਨੂੰ ਸਾਡੇ ਸਟੋਕ 'ਚ 36,000 ਇੰਜੈਕਸ਼ਨ ਪਏ ਹੈ। ਜੇ ਕੱਲ੍ਹ ਤੁਸੀਂ ਹਿੰਮਤ ਮਾਰੋ ਤਾਂ ਇਹ 36,000 ਜੇ ਇੰਜੈਕਸ਼ਨ ਲੱਗ ਜਾਣ ਤਾਂ ਆਪਾਂ 10 ਲੱਖ, ਜਿਹਨੂੰ ਅੰਗਰੇਜ਼ੀ 'ਚ 1 ਮਿਲੀਅਨ ਕਹਿੰਦੇ ਹਾਂ, ਉਹਦਾ ਜਿਹੜਾ ਅੰਕੜਾ ਕ੍ਰੋਸ ਕਰ ਜਾਵਾਂਗੇ। ਮੈਂ ਤੁਹਾਡੇ ਸਹਿਯੋਗ ਦੀ ਉਮੀਦ ਕਰਦਾ। ਅੱਜ ਵੀ ਸਾਡੇ ਕੋਲ 30,000 ਡੋਜ਼ ਸੀਗੀਆਂ ਵੈਕਸੀਨ ਦੀਆਂ, 18 ਸਾਲ ਤੋਂ ਉੱਪਰ। ਪਹਿਲਾਂ ਲੋਕ ਕਹੀ ਗਏ ਕਿ 18 ਸਾਲ ਤੋਂ ਉੱਪਰ ਦਵਾਈ ਭੇਜੋ ਜੀ, ਅਸੀਂ ਫਟੇਫਟ ਲਵਾ ਲਾਂਗੇ। ਹੁਣ 18 ਸਾਲ ਤੋਂ ਉੱਪਰ ਆ ਗਈ ਤਾਂ ਅੱਜ ਸਿਰਫ 16,000 ਲੱਗੀ ਹੈ, 14,000 ਬਚ ਗਈ, 22 ਹੋਰ ਨਵੀਂ ਆ ਗਈ। ਹੁਣ ਇਹ 36,000 ਡੋਜ਼ ਆਪਣੇ ਕੋਲ ਆ ਗਈਆਂ। ਹੁਣ ਕਿਰਪਾ ਕਰਕੇ ਸਰਕਾਰ ਜਦੋਂ ਬਿਲਕੁਲ ਫ੍ਰੀ ਆਫ ਕੋਸਟ ਭੇਜ ਰਹੀ ਹੈ ਤਾਂ ਆਪਾਂ ਤਕੜੇ ਹੋ ਕੇ ਆਪਣੇ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਸਾਰਿਆਂ ਨੂੰ ਆਪਾਂ ਵੈਕਸੀਨ ਲਵਾਈਏ। ਬਾਕੀ ਇਹ ਬੜੇ ਸਵਾਲ ਆਉਂਦੇ ਰਹੇ ਵੀ 8 ਵਜੇ ਕਰਫਿਊ, ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਵੀ ਹਰ ਰੋਜ਼ ਰਾਤ ਨੂੰ 8 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਕਰਫਿਊ ਹੈ, ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ। ਇਸ ਤੋਂ ਭਾਵ ਇਹ ਸੀਗਾ ਕਿ 8 ਵਜੇ ਤੱਕ ਤੁਸੀਂ ਬਾਹਰ ਰਹਿ ਸਕਦੇ ਹੋ। ਫਿਰ ਕਈਆਂ ਦੇ ਇਹ ਸਵਾਲ ਆਏ ਜੀ ਵੀ ਦੇਖੋ ਦੁਕਾਨਾਂ 8 ਵਜੇ ਬੰਦ ਹੋਣਗੀਆਂ, ਫਿਰ ਦੁਕਾਨਦਾਰ ਘਰ ਕਿਵੇਂ ਜਾਣਗੇ। ਮੈਂ ਸ਼ਾਮ ਨੂੰ ਹੀ ਔਡਰ ਕੀਤਾ ਕਿ ਦੁਕਾਨਾਂ 7:30 ਵਜੇ ਬੰਦ ਕਰਨੀਆਂ ਤਾਂ ਕਿ ਦੁਕਾਨਦਾਰਾਂ ਨੂੰ 1/2 ਘੰਟਾ ਘਰ ਜਾਣ ਦਾ ਮਿਲ ਜੇ। ਐਤਵਾਰ ਨੂੰ ਕਈ ਲੋਕ ਪੁੱਛ ਰਹੇ ਵੀ ਦੁਕਾਨਾਂ ਖੋਲ੍ਹ ਸਕਦੇ ਆ ਕਿ ਨਹੀਂ, ਇਸ 'ਚ ਜਵਾਬ ਇਹ ਹੈ ਵੀ ਨਹੀਂ, ਖੋਲ੍ਹ ਨਹੀਂ ਸਕਦੇ ਐਤਵਾਰ ਨੂੰ। ਉਹਦਾ ਕਾਰਨ ਇਹ ਹੈ ਵੀ ਸਰਕਾਰ ਦਾ ਜਿਹੜਾ ਪੱਤਰ ਆਇਆ ਉਹਦੀ ਪਹਿਲੀ ਲਾਈਨ 'ਚ ਇਹ ਲਿਖਿਆ ਕਿ ਸ਼ਨੀਵਾਰ ਸ਼ਾਮ 8 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਕੰਪਲੀਟ ਕਰਫਿਊ ਰਹਿਣਾ। ਜਦੋਂ ਕਰਫਿਊ ਰਹਿਣਾ ਤਾਂ ਦੁਕਾਨਾਂ ਖੋਲ੍ਹਣ ਦਾ ਕੋਈ ਸਵਾਲ ਹੀ ਨਹੀਂ ਹੁੰਦਾ। ਕਈ ਬੰਦੇ ਇਹ ਕਹਿੰਦੇ ਵੀ ਦੇਖੋ DC 'ਤੇ ਛੱਡਿਆ ਜੀ, ਐਤਵਾਰ ਦਾ DC 'ਤੇ ਛੱਡਿਆ, ਪਰ ਜਦੋਂ ਵਿੱਚ ਹੀ ਇਹ ਲਿਖਿਆ ਕਿ ਵੀ ਐਤਵਾਰ ਵਾਲੇ ਦਿਨ ਕਰਫਿਊ ਰਹਿਣਾ, ਫਿਰ DC ਦੁਕਾਨਾਂ ਕਿਵੇਂ ਖੋਲ੍ਹ ਸਕਦਾ। ਵੈਸੇ ਵੀ ਜਿਹੜਾ ਲੇਬਰ ਲਾਅ ਹੈਗਾ ਇਹ ਬੜੀ ਵੱਡੀ ਘਾਲਣਾ ਘਾਲ ਕੇ ਸਾਡੇ ਜਿਹੜੇ ਮਜ਼ਦੂਰ ਵੀਰ ਹੈਗੇ ਨੇ ਉਹਨਾਂ ਨੇ ਬੜੀ ਮੁਸ਼ਕਲ ਨਾਲ ਇਸ ਗੱਲ 'ਤੇ, ਯਾਨੀ ਕਿ ਬੜੀਆਂ ਕ੍ਰਾਂਤੀਆਂ ਹੋਈਆਂ, ਰੂਸ ਦੀ ਕ੍ਰਾਂਤੀ ਹੋਈ, ਹੋਰ ਵਰਲਡ ਓਵਰ ਲਹਿਰਾਂ ਚੱਲੀਆਂ, 100 ਸਾਲ ਦੇ ਸੰਘਰਸ਼ ਤੋਂ ਬਾਅਦ ਜਿਹੜੀ ਹੈਗੀ ਐਤਵਾਰ ਦੀ ਛੁੱਟੀ ਮਿਲੀ ਹੈ। ਹਰ ਹਫ਼ਤੇ ਜਿਹੜਾ ਹੈਗਾ 1 ਦਿਨ ਆਰਾਮ ਕਰਨ ਦਾ ਅਧਿਕਾਰ ਜਿਹੜਾ ਹੈਗਾ ਬੰਦਿਆਂ ਨੂੰ, ਬੰਦਿਆਂ ਵਾਂਗ ਕੰਮ ਕਰਨਾ ਚਾਹੀਦਾ। ਤਾਂ ਹੀ ਜਿਹੜਾ ਸਾਡਾ ਲੇਬਰ ਲਾਅ ਹੈ ਔਰ ਸ਼ੋਪ ਐਕਟ ਹੈਗਾ ਉਹ ਵੀ ਪ੍ਰੋਵਾਈਡ ਫੋਰ ਕਰਦਾ ਵੀ ਸੰਡੇ ਤੁਸੀਂ ਰੈਸਟ ਕਰੋ। ਸੋ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਸੰਡੇ ਆਪਦਾ ਰੈਸਟ ਕਰੋ। ਕੋਈ ਇਸ ਤਰ੍ਹਾਂ ਦੀਆਂ ਗਲਤ ਡਿਮਾਂਡਸ ਇਹ ਕਰਨੀਆਂ ਵੀ ਸੰਡੇ ਨੂੰ ਵੀ ਦੁਕਾਨਾਂ ਖੋਲ੍ਹੋ, ਇਹ ਕਾਨੂੰਨ ਦੇ ਵੀ ਉਲਟ ਹੈ, ਮਾਨਵਤਾ ਦੇ ਵੀ ਉਲਟ ਹੈ। 1 ਦਿਨ ਆਪਦੇ ਸਰੀਰ ਨੂੰ ਆਰਾਮ ਦਿਓ। ਕਰੋਨਾ ਨੇ ਇੰਨੀ ਗਲਤ ਆਪਾਂ ਨੂੰ ਜ਼ਰੂਰ ਸਿਖਾਤੀ ਕਿ ਸਰੀਰ ਹੈ ਤਾਂ ਹੀ ਦੁਨੀਆ। ਅੱਛਾ, ਜਿੱਥੋਂ ਤੱਕ ਹੋਮ ਡਿਲੀਵਰੀ ਹੈਗੀ ਹੈ, ਕਈ ਵਾਰੀ ਬੰਦੇ ਘਰ ਨੇ, ਬੰਦਾ ਕਹਿੰਦਾ ਵੀ ਮੈਂ ਵਧੀਆ ਖਾਣਾ ਹੈਗਾ, ਤਾਂ ਹੋਮ ਡਿਲੀਵਰੀ ਰਾਤ ਦੇ 9 ਵਜੇ ਤੱਕ ਹੈ, ਇਹ 7 ਦਿਨ ਅਲਾਊਡ ਹੈਗੀ ਹੈ, ਪਹਿਲਾਂ ਵਾਂਗ ਹੀ ਹੈ, ਇਸ 'ਚ ਕੋਈ ਨਵੀਂ ਛੋਟ ਅਸੀਂ ਨਹੀਂ ਦੇਣ ਵਾਲੀ ਗੱਲ। ਦੂਜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡਾ ਜਿਹੜਾ ਭਿੱਖੀ ਪਿੰਡ ਹੈਗਾ ਇਹ ਪਹਿਲਾ ਪਿੰਡ ਹੋ ਗਿਆ ਜਿੱਥੇ ਕਿ 100% ਵੈਕਸੀਨੇਸ਼ਨ ਹੋ ਗਈ, ਮਤਲਬ 18 ਸਾਲ ਤੋਂ ਉੱਪਰ ਜਿੰਨੇ ਲੋਕ ਨੇ ਸਾਰਿਆਂ ਨੂੰ ਵੈਕਸੀਨ ਲੱਗ ਗਈ। ਨੈਸ਼ਨਲ ਮੀਡੀਆ 'ਚ, ਅਖਬਾਰਾਂ 'ਚ, ਸਾਰੀ ਥਾਂ 'ਤੇ ਬਹੁਤ ਗੱਲਾਂ ਆਈਆਂ ਨੇ। ਉੱਥੋਂ ਦੇ MLA ਸਾਹਿਬ, ਉੱਥੋਂ ਦੇ SDM, ਪ੍ਰਸ਼ਾਸਨ, ਹੈਲਥ ਵਰਕਰ, ਸਾਰਿਆਂ ਨੇ ਬੜੀ ਹਿੰਮਤ ਕੀਤੀ ਹੈ ਇਸ ਪਿੰਡ ਦੇ ਵਿੱਚ। ਇਸ ਪਿੰਡ ਤੋਂ ਹੋਰ ਪਿੰਡਾਂ ਨੂੰ, ਹੋਰ ਵਾਰਡਾਂ ਨੂੰ, ਹੋਰ ਸ਼ਹਿਰਾਂ ਨੂੰ ਇੱਕ ਸੀਖ ਲੈਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਵੀ ਮਤਲਬ ਆਪਣੇ ਜਿਹੜੇ ਹੈਗੇ ਆ 100% ਲੋਕਾਂ ਨੂੰ ਵੈਕਸੀਨੇਟ ਕਰਨਾ ਚਾਹੀਦਾ। ਕਈ ਲੋਕ ਇਸ ਵਹਿਮ 'ਚ ਬੈਠੇ ਹੈ ਵੀ ਦਿੱਲੀ 'ਚ ਜੀ ਸਪੂਤਨਿਕ ਪਹੁੰਚ ਗਈ, ਉਰੇ ਵੀ ਆਊਗੀ। ਕਈਆਂ ਨੂੰ ਇਹ ਵਹਿਮ ਹੈ ਵੀ ਆ ਕੋਵੈਕਸੀਨ ਆ ਗਈ ਜੀ, ਨਹੀਂ ਅਸੀਂ ਤਾਂ ਕੋਵਿਸ਼ੀਲਡ ਲਵਾਉਣੀ ਹੈ। ਇਹ ਬਹੁਤ ਜ਼ਿਆਦਾ ਨੁਕਤਾਚੀਨੀ ਕਰਨ ਨਾਲ ਮਨ ਜਿਹੜਾ ਹੈਗਾ ਬੜਾ ਚੰਚਲ ਹੈ, ਇਹ ਜਿਹੜਾ ਕਈ ਵਾਰੀ ਨਾ ਮਤਲਬ ਭਟਕੇਵੇਂ 'ਚ ਪੈ ਜਾਂਦਾ। ਭਟਕੇਵੇਂ 'ਚ ਨਾ ਪਓ ਮੇਰੇ ਵੀਰੋ ਭੈਣੋ, ਜਿਹੜੀ ਵੈਕਸੀਨ ਮਿਲਦੀ ਹੈ ਸਾਰੀਆਂ ਬਰਾਬਰ ਹੀ ਨੇ, ਆਪਦੀ ਅਤੇ ਆਪਦੇ ਪਰਿਵਾਰ ਦੀ ਰੱਖਿਆ ਕਰੋ ਜੋ ਤੁਹਾਡੇ ਏਰੀਏ 'ਚ ਆਉਂਦੀ ਹੈ। ਕੱਲ੍ਹ ਨੂੰ ਮੈਂ ਆਹਵਾਨ ਕਰਦਾ 36,000 ਡੋਜ਼ਿਸ, 150 ਥਾਂ 'ਤੇ ਕੈਂਪ, ਤਕੜੇ ਹੋ ਕੇ ਆਓ ਸਾਰੇ ਨੌਜਵਾਨ ਵੀ 18 ਦੇ ਉੱਪਰ, ਔਰ ਇਹ ਸਾਰੀ ਵੈਕਸੀਨ ਕੱਲ੍ਹ ਨੂੰ ਲੱਗ ਜਾਣੀ ਚਾਹੀਦੀ ਹੈ। ਕਈ ਲੋਕਾਂ ਦੇ ਸਵਾਲ ਨੇ, ਕੋਚਿੰਗ ਸੈਂਟਰ ਪ੍ਰਿਆ ਸ਼ਰਮਾ ਜੀ ਪੁੱਛਦੇ ਆ ਵੀ ਇਹਨਾਂ ਬਾਰੇ ਕਿਉਂ ਨਹੀਂ ਖੁੱਲ੍ਹ ਰਹੇ। ਦੇਖੋ ਆਰਡਰ ਬੜਾ ਕਲੀਅਰ ਹੈ, ਵਿੱਦਿਅਕ ਅਦਾਰੇ, ਇਹ ਕੋਚਿੰਗ ਸੈਂਟਰ ਵੀ ਵਿੱਦਿਅਕ ਅਦਾਰੇ ਹੀ ਨੇ, ਵਿੱਦਿਆ ਹੀ ਕਰਾਉਂਦੇ ਆ, ਤਾਂ ਹੀ ਕਰਕੇ ਇਹ ਬੰਦ ਨੇ ਜੀ। ਅਮਨਦੀਪ ਸਿੰਘ ਜੀ ਕਹਿੰਦੇ ਆ ਕਿ
ਸੰਡੇ ਅੱਗੇ ਵੀ ਔਫ ਕਰੋ। ਇਹ ਮੈਂ ਪਹਿਲਾਂ ਹੀ ਜਵਾਬ ਦੇ ਦਿੱਤਾ, ਸੰਡੇ ਤਾਂ ਸਰਕਾਰ ਦੇ ਕਾਨੂੰਨ ਮੁਤਾਬਕ ਹੀ ਔਫ ਹੈ ਜੀ, ਇਲੀਗਲੀ ਖੋਲ੍ਹਦੇ ਨੇ। ਪਹਿਲਾਂ ਕਈ ਇੰਸਪੈਕਟਰ ਵਗੈਰਾ ਜਾ ਕੇ ਚੈੱਕ ਚੁੱਕ ਵੀ ਕਰਦੇ ਸੀਗੇ, ਹੋਰ ਸੀਗਾ, ਹੁਣ ਲੋਕ ਭੁੱਲ ਹੀ ਗਏ ਵੀ ਸੰਡੇ ਔਫ ਵੀ ਕੋਈ ਚੀਜ਼ ਹੁੰਦੀ ਹੈ। ਆਪਦੇ ਪਰਿਵਾਰ ਨਾਲ ਸਮਾਂ ਬਿਤਾਓ ਸੰਡੇ ਨੂੰ। ਸੁਖਵੀਰ ਜੀ ਆਈਲੈਟ ਦੀ ਗੱਲ ਕਰਦੇ ਨੇ, ਕਹਿੰਦੇ ਜੀ ਆਈਲੈਟ ਸੈਂਟਰ ਕਿਉਂ ਬੰਦ ਨੇ? ਇਹ ਤਾਂ ਜੀ ਜੇ ਤੁਹਾਡਾ ਲੌਜਿਕ ਸੁਖਵੀਰ ਜੀ ਲਾਈਏ, ਫਿਰ ਤਾਂ ਕੋਲੇਜ ਵੀ ਨਹੀਂ ਬੰਦ ਹੋਣੇ ਚਾਹੀਦੇ, ਉੱਥੇ ਵੀ ਮੁੰਡੇ 18 ਕੁੜੀਆਂ 18 ਤੋਂ ਉੱਪਰ ਹੀ ਹੁੰਦੇ ਆ। ਸੋ ਇਹ ਸਰਕਾਰ ਨੇ ਸੋਚ ਸਮਝ ਕੇ ਫੈਸਲਾ ਲਿਆ, ਜਦੋਂ ਫੈਸਲਾ ਸਕੂਲਾਂ ਕਾਲਜਾਂ ਦਾ ਆਊਗਾ ਤੁਹਾਡਾ ਵੀ ਹੋ ਜਾਊਗਾ।